ਸਿਆਸਤ, ਵਪਾਰ, ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ। ਦੋਸਤੋ, ਸਾਡੇ ਧਰਮ ਨੇ, ਸਾਡੇ ਗੁਰੂਆਂ ਨੇ ਸਿਖਾਇਆ ਸਾਨੂੰ ਕਿ ਕਿਸੇ ਭੁੱਖੇ ਦਾ ਢਿੱਡ ਭਰ ਦੇਣਾ ਤੇ ਜ਼ਰੂਰਤਮੰਦ ਦੇ ਕਿਸੇ ਮੌਕੇ ਕੰਮ ਆ ਜਾਣਾ। ਇਦੋਂ ਵੱਡਾ ਪੁੰਨ ਦਾਨ ਤੇ ਧਰਮ ਕੁਝ ਹੋਰ ਹੋ ਨਹੀਂ ਸਕਦਾ। 4-5 ਦਿਨ ਪਹਿਲਾਂ ਸਾਡੇ ਧਾਰਮਿਕ ਸਥਾਨ ਗੁਰਦੁਆਰਾ ਲੁੰਡਿਆਲਾ ਸਾਹਿਬ ਵਿਖੇ, ਪਿੰਡ ਲੁੰਡਿਆਲਾ ਦੀ ਗ੍ਰਾਮ ਪੰਚਾਇਤ ਦੇ ਅਧੀਨ ਆਉਂਦਾ ਗੁਰਦੁਆਰਾ ਸਾਹਿਬ, ਉਹਨਾਂ ਨੇ ਗੁਰੂ ਦੀ ਗੋਲਕ 'ਚੋਂ ਪੈਸੇ ਕੱਢ ਕੇ ਔਰ ਸਾਰਿਆਂ ਦੀ ਗਿਣਤੀ ਕਰ ਲਈ ਤਾਂ ਜੋ ਪਿੰਡ ਦੇ ਉਹਨਾਂ ਲੋਕਾਂ ਦੇ, ਜ਼ਰੂਰਤਮੰਦਾਂ ਦੇ ਉਹ ਪੈਸਾ ਕੰਮ ਆ ਸਕੇ, ਉਹਨਾਂ ਨੂੰ ਰਾਸ਼ਨ ਪਾਣੀ, ਉਹਨਾਂ ਦਾ ਢਿੱਡ ਭਰ ਸਕੇ। ਇਸੇ ਤਰ੍ਹਾਂ ਹੀ ਮੈਂ ਡੇਰਾ ਬਿਆਸ ਦਾ ਕੰਮ ਮੈਨੂੰ ਵੇਖਣ ਨੂੰ ਮਿਲਿਆ ਅੱਜ। ਮੁਕਤਸਰ ਜ਼ਿਲ੍ਹੇ ਦੀ ਅਗਰ ਮੈਂ ਗੱਲ ਕਰਾਂ ਜਾਂ ਫਰੀਦਕੋਟ ਦੀ ਗੱਲ ਕਰਾਂ, 5-6 ਹਜ਼ਾਰ ਪੈਕਟ ਖਾਣੇ ਦਾ ਮੇਰਾ ਖਿਆਲ, ਹੋ ਸਕਦਾ ਮੈਂ ਘੱਟ ਦੱਸਿਆ ਹੋਵੇ, ਇਸ ਤੋਂ ਵੱਧ ਉਹ ਨਿਯਮਾਂ ਦੇ ਅਨੁਸਾਰ ਖਾਣਾ ਤਿਆਰ ਕਰਦੇ ਹੈ ਰਾਧਾ ਸਵਾਮੀ ਸਤਸੰਗ ਵਾਲੇ। ਸੋ ਪੈਕਟਾਂ ਨੂੰ ਪੂਰੇ ਨਿਯਮ ਅਨੁਸਾਰ ਬਣਾਇਆ ਜਾਂਦਾ ਹੈ, ਖਾਣਾ ਤਿਆਰ ਕੀਤਾ ਜਾਂਦਾ ਹੈ, ਘਰ ਨਾਲੋਂ ਵੀ ਸਵਾਦ ਖਾਣਾ ਤਿਆਰ ਕੀਤਾ ਜਾਂਦਾ ਹੈ। ਸੋ ਆਪਦੇ ਆਪਦੇ ਜ਼ਿਲ੍ਹੇ ਦੇ ਵਿੱਚ ਉਹ ਖਾਣਾ ਵਰਤਾ ਰਹੇ, ਕਿਉਂਕਿ ਲੋਕ ਉਹਨਾਂ ਤੋਂ ਲੈ ਜਾਂਦੇ ਹੈ ਆ ਕੇ ਅਤੇ ਉਹ ਅੱਗੇ ਲੋਕਾਂ ਦੇ ਘਰ ਘਰ ਤੱਕ ਪਹੁੰਚਾਉਣ ਦਾ ਕੰਮ ਕਰਦੇ ਹੈ। ਮੈਂ ਧੰਨਵਾਦੀ ਹਾਂ ਡੇਰਾ ਸਤਸੰਗ ਬਿਆਸ ਵਾਲੇ ਬਾਬਾ ਜੀ ਹੋਰਾਂ ਦਾ ਕਿ ਉਹਨਾਂ ਨੇ ਉਪਰਾਲਾ ਕੀਤਾ। ਮੈਂ ਧੰਨਵਾਦੀ ਹਾਂ ਗੁਰਦੁਆਰਾ ਸਾਹਿਬ ਲੁੰਡਿਆਲਾ ਸਾਹਿਬ ਦੀ ਨਗਰ ਪੰਚਾਇਤ ਦਾ ਜਿਨ੍ਹਾਂ ਨੇ ਕਿ ਇਹ ਉਪਰਾਲਾ ਕੀਤਾ। ਔਰ ਮੈਂ ਅੱਜ ਇਹ ਕਹਿਣਾ ਚਾਹੁੰਦਾ ਇਸ ਵੀਡੀਓ ਦੇ ਰਾਹੀਂ ਕਿ ਪੰਜਾਬ ਦੇ ਅੰਦਰ, ਨਾ ਕੇਵਲ ਪੰਜਾਬ ਦੇ ਅੰਦਰ, ਪੂਰੇ ਦੇਸ਼ ਦੇ ਅੰਦਰ ਧਾਰਮਿਕ ਸੰਸਥਾਵਾਂ ਇੰਨੀਆਂ ਹਨ ਜਿਨ੍ਹਾਂ ਨੂੰ ਲੋਕ ਪੂਜਦੇ ਨੇ, ਮੰਨਦੇ ਨੇ, ਉਹਨਾਂ 'ਚ ਵਿਸ਼ਵਾਸ ਰੱਖਦੇ ਨੇ। ਔਰ ਉਹਨਾਂ ਤਮਾਮ ਸੰਸਥਾਵਾਂ ਨੂੰ ਅੱਜ ਅੱਗੇ ਆ ਕੇ ਇਸੇ ਤਰ੍ਹਾਂ ਦੇ ਜਿਹੜੇ ਕੰਮ ਸ਼ੁਰੂ ਕਰਨੇ ਚਾਹੀਦੇ ਹੈ। ਕੋਈ 100 ਦਾ ਲੰਗਰ ਬਣਾਵੇ, ਕੋਈ 200 ਦਾ ਬਣਾਵੇ, ਕੋਈ 400 ਦਾ ਬਣਾਵੇ, ਤਾਂ ਜੋ ਇਸ ਔਖੀ ਘੜੀ ਦੇ ਵਿੱਚੋਂ ਅਸੀਂ ਨਿਕਲ ਸਕੀਏ, ਕਿਉਂਕਿ ਪੈੜਾ ਲੰਮਾ ਲੱਗਦਾ ਹੈ। ਪਤਾ ਨਹੀਂ ਕੀ ਹੋਣਾ, ਉਹ ਪਰਮਾਤਮਾ ਸੱਚੇ ਪਾਤਸ਼ਾਹ ਨੂੰ ਪਤਾ ਹੈ, ਲੇਕਿਨ ਪੈੜਾ ਥੋੜ੍ਹਾ ਲੰਮਾ ਲੱਗਦਾ ਉਸ ਪੈੜੇ 'ਚੋਂ, ਤਾਂ ਜੋ ਲੋਕ ਇਹ ਮਿਸਾਲ ਦੁਨੀਆ ਦੇ ਅੰਦਰ ਦੇਣ ਕਿ ਪੰਜਾਬ ਦੇ ਅੰਦਰ ਸੰਸਥਾਵਾਂ ਨੇ, ਲੋਕਾਂ ਨੇ ਵੱਧ ਚੜ੍ਹ ਕੇ ਹਿੱਸਾ ਲੈ ਕੇ ਆਪਦੇ ਲੋਕਾਂ ਦਾ ਢਿੱਡ ਭਰਨ ਦੇ ਵਿੱਚ ਵੱਡਾ ਯੋਗਦਾਨ ਪਾਇਆ। ਸਾਡੀ ਬਹੁਤ ਵੱਡੀ ਸੰਸਥਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਮੈਂ ਭਾਈ ਸਾਹਿਬ ਨੂੰ, ਜਥੇਦਾਰ ਸਾਹਿਬ ਜੀ ਹੋਰਾਂ ਨੂੰ, ਕਮੇਟੀ ਦੇ ਆਗੂਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਸੇ ਤਰ੍ਹਾਂ ਹੀ ਸਾਨੂੰ ਵੀ ਉਹ ਵਿਉਂਤ ਤੁਸੀਂ ਬਣਾਉਣੀ ਹੈ, ਕਿਉਂਕਿ ਤੁਹਾਨੂੰ ਪਤਾ ਕਿ ਕਿੱਦਾਂ ਉਹਦਾ ਸਿਸਟਮ ਬੈਠ ਸਕਦਾ ਹੈ। ਤੁਸੀਂ ਸਾਡੇ ਨਾਲ ਵਧੇਰੇ ਜਾਣਦੇ ਹੋ, ਲੇਕਿਨ ਆਓ ਅੱਗੇ ਵੱਧ ਚੜ੍ਹ ਕੇ ਆਪਾਂ ਸਭ ਲੋਕ ਜਿੰਨੇ ਯੋਗ ਨੇ, ਨਾ ਕੋਈ ਪਾਰਟੀਬਾਜ਼ੀਆਂ ਤੋਂ ਉੱਪਰ ਉੱਠ ਕੇ, ਆਪਦੇ ਅਹੁਦੇਦਾਰੀਆਂ ਤੋਂ ਉੱਪਰ ਉੱਠ ਕੇ ਆਪਾਂ ਕੁਝ ਨਾ ਕੁਝ ਸਮਾਜ ਪ੍ਰਤੀ ਅਤੇ ਉਹਨਾਂ ਲੋਕਾਂ ਦੇ ਪ੍ਰਤੀ ਕੁਝ ਕਰੀਏ ਅਤੇ ਪ੍ਰਣ ਕਰੀਏ ਕਿ ਅਸੀਂ ਸਾਰੇ ਲੋਕ ਆਪਦੇ ਦਿਲ 'ਤੇ ਹੱਥ ਰੱਖ ਕੇ ਇੱਕ ਸਹੁੰ ਖਾਈਏ ਕਿ ਅਸੀਂ ਕਿਸੇ ਵਿਅਕਤੀ ਨੂੰ ਭੁੱਖਾ ਸੌਣ ਨਹੀਂ ਦਿਆਂ। ਅਤੇ ਨਾਲ ਹੀ ਮੇਰੀ ਸੋਸ਼ਲ ਮੀਡੀਆ 'ਤੇ ਉਹਨਾਂ ਲੋਕਾਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਜਿੱਥੇ ਤੁਹਾਨੂੰ ਲੱਗਦਾ ਕੋਈ ਵਿਅਕਤੀ ਭੁੱਖਾ, ਨਾ ਕੇਵਲ ਕ੍ਰਿਟਿਸਿਜ਼ਮ ਕਰਕੇ ਜਾਂ ਉਸ ਗੱਲ ਨੂੰ ਉਤੇਜਨਾ ਵਧਾ ਕੇ ਤੁਸੀਂ ਉਸ ਸ਼ਹਿਰ ਦੇ ਬੰਦਿਆਂ ਨੂੰ ਜਾਂ ਉਸ ਪਿੰਡ ਦਿਆਂ ਨੂੰ ਜਾਂ ਇਲਾਕੇ ਦਿਆਂ ਨੂੰ ਇਤਲਾਹ ਦੇਣ ਦੀ ਕੋਸ਼ਿਸ਼ ਕਰੋ, ਤਾਂ ਜੋ ਅਸੀਂ ਉਸ ਬੰਦੇ ਦੇ ਘਰੇ ਰਾਸ਼ਨ ਪਹੁੰਚਾਈਏ ਜਾਂ ਖਾਣਾ ਪਹੁੰਚਾਉਣ ਦਾ ਕੰਮ ਕਰੀਏ। ਸਾਡੀ ਜ਼ਿੰਮੇਵਾਰੀ ਬਣਦੀ ਹੈ। ਸੋ ਜੇ ਤਰਨ ਤਾਰਨ ਦਾ ਮਸਲਾ ਹੈ, ਗਿੱਦੜਵੇ ਦਾ ਮਸਲਾ ਹੈ, ਮਲੋਟ ਦਾ ਮਸਲਾ ਹੈ, ਪਠਾਨਕੋਟ ਦਾ ਮਸਲਾ ਹੈ, ਉੱਥੋਂ ਦੇ ਲੋਕਾਂ ਤੱਕ ਉਹ ਵੀਡੀਓ ਪਹੁੰਚਾ ਕੇ ਜਾਂ ਉਹਨਾਂ ਨੂੰ ਇਤਲਾਹ ਦੇ ਕੇ, ਐਡਮਿਨਿਸਟ੍ਰੇਸ਼ਨ ਦਾ ਅੱਜ ਕੱਲ੍ਹ ਹਰ ਹੈਲਪਲਾਈਨ ਦਾ ਨੰਬਰ ਹੈ। ਸੋ ਉਮੀਦ ਕਰਾਂਗਾ ਕਿ ਆਉਣ ਵਾਲੇ ਦਿਨਾਂ ਦੇ ਅੰਦਰ ਤਮਾਮ ਸੰਸਥਾਵਾਂ, ਪੰਜਾਬ ਦੀਆਂ ਧਾਰਮਿਕ ਸੰਸਥਾਵਾਂ ਵੱਧ ਚੜ੍ਹ ਕੇ
इस पुन दे काम विच हिस्सा लेंगे। धन्यवाद। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक इन्हां चोरा ठगा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटिया विच समाधान फ्री 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 मियां रफीक मोहम्मद मोबाइल 84374 94647 84374 94648।